ਜਿਵੇਂ ਸਰੰਗੀ ਬਣਾਉਂਦੇ ਹਾਂ, ਰਬਾਬ ਬਣਾਉਂਦੇ ਹਾਂ, ਇਹ ਰਬਾਬ ਬਣੀ ਹੋਈ ਆ ਨਾਨਕ ਅਫਗਾਨੀ ਰਬਾਬ, ਇਹਦੇ ਨਾਲ ਆਪਾਂ ਤੁਣ ਤੁਣ ਲੱਕੜ ਦੀ ਇਹ ਬਣਤਰ ਆ, ਸਾਰਾ ਭਾਂਡਾ ਬਣਿਆ ਹੋਇਆ ਜੀ, ਸਾਰਾ ਖੋਲ ਇਹ ਤੁਣ ਲੱਕੜ ਦਾ ਵਰਤਿਆ ਗਿਆ ਜੀ। ਵਿਦਵਾਨਾਂ ਨੇ ਵੀ ਦੱਸਿਆ ਹੋਇਆ ਗ੍ਰੰਥਾਂ ਦੇ ਵਿੱਚ ਵੀ, ਇਹ ਰਬਾਬ ਬਣੇ ਸੀ ਜਿਹੜੇ ਸਾਜ ਬਣੇ ਕੀਮਤੀ, ਸਾਰੇ ਤੁਣ ਦੇ ਬਣੇ ਹੋਏ, ਚੰਗੀ ਵਧੀਆ ਤੁਣ ਦੇ। ਤਾਂ ਇਹਦੇ ਵਿੱਚ ਆਪਾਂ ਬੱਕਰੇ ਦੀ ਆਹ ਖਲ ਲਾ ਦਿੱਤੀ ਹੋਈ ਜੀ, ਮੜੀ ਹੋਈ। ਇਹਦੇ ਵਿੱਚ ਹੁਣ ਇੱਕ ਊਠ ਦੀ ਹੱਡੀ ਲੱਗਣੀ, ਇੱਥੇ ਇੱਥੇ ਲੱਗਣੀ ਇਹਦੇ ਉੱਤੇ, ਫਿਰ ਇਹਦੇ ਨੀਲਨ ਦੀਆਂ ਤਾਰਾਂ ਲੱਗਣੀਆਂ, ਤੰਦੀਆਂ ਸਟੀਲ ਵਾਇਰ ਲੱਗਣੀ, ਇਹਨੂੰ ਤਾਰਾਂ ਲੱਗਣਗੀਆਂ, ਹੈ ਨਾ ਜੀ, ਅਤੇ ਟਾਹਲੀ ਦੀਆਂ ਕਿੱਲੀਆਂ ਲੱਗਣਗੀਆਂ ਜੀ। ਇਹ ਆ ਜੀ ਨਾਨਕ ਸ਼ਾਹੀ ਰਬਾਬ, ਜਿਹੜੀ ਬਾਬਾ ਮਰਦਾਨਾ ਜੀ ਵਜਾਉਂਦੇ ਸਨ, ਉਹਨਾਂ ਦੀ ਕਾਪੀ ਕੀਤੀ ਹੋਈ ਹੈ ਜੀ। ਉਹਨਾਂ ਦਾ ਜਿਹੜਾ ਦੌਰ ਆ ਤੂੰਬਾ ਵਾ, ਉਹ ਹੋਰ ਆਕਾਰ ਦੇ ਵਿੱਚ ਵੱਡੀ ਆ, ਤਾਂ ਇਹ ਥੋੜ੍ਹਾ ਜਿਹਾ ਉਹਦੇ ਨਾਲ ਥੋੜ੍ਹਾ ਫਰਕ ਪਾਇਆ, ਅਤੇ ਕੋਸ਼ਿਸ਼ ਕੀਤੀ ਥੋੜ੍ਹੀ ਕਾਪੀ ਕਰਨ ਦੀ, ਮਤਲਬ ਜਿੰਨੀ ਹੋ ਸਕੇ ਉਹਦੀ ਕਾਪੀ ਕਹਿ ਸਕਦੇ ਹਾਂ ਆਪਾਂ। ਇਹ ਸਪੈਸ਼ਲ ਲੱਕੜ ਵੱਡੇ ਮੋਸ਼ੇ ਦੇ ਵਿੱਚੋਂ ਕਹਿ ਦਈਏ ਨਾ, ਤਾਂ ਉਹਦੇ ਵਿੱਚੋਂ ਕੱਢ ਕੇ ਬਣਦਾ ਵਾ, ਛੋਟੇ ਮੋਟੇ ਮੋਸ਼ੇ ਮਾੜੇ ਮੋਸ਼ੇ 'ਚੋਂ ਇਹ ਬਣਨ ਵਾਲੀ ਨਹੀਂ ਆ। ਇਹ ਜੀ ਦਿਨ 'ਤੇ ਜਿੰਨੇ ਮਰਜ਼ੀ ਲਾ ਦਈਏ, ਜਿਵੇਂ ਜੇ ਟਾਈਮ ਜਿੰਦਾ ਜਿੰਦਾ ਸਮਾਂ, ਕੰਮ ਹੋਰ ਵੀ ਨਾਲ ਸ਼ੁਰੂ ਕੀਤੇ ਹੋਏ, ਜੇ ਇੱਕ ਨੂੰ ਆਪਾਂ ਤਿਆਰ ਕਰੀਏ 10 ਕੁ ਦਿਨ ਤਾਂ ਫਿਰ ਵੀ ਲੱਗ ਹੀ ਜਾਂਦੇ ਆ। ਇਹ ਮੇਨ ਲੱਕੜ ਤੋਣੀ ਆ ਸਾਰੇ ਸਾਜਾਂ ਦੀ, ਤਕਰੀਬਨ ਸਾਰਿਆਂ ਦੇ ਸਾਜਾਂ ਦੀ ਮੇਨ ਹੀ ਤੋਣੀ ਆ, ਵਾਜੇ ਨੂੰ ਛੱਡ ਕੇ ਹਰਮੋਨੀਅਮ ਨੂੰ, ਉਹਦਾ ਇਹ ਆਪਣਾ ਤੰਤੀ ਸਾਜ, ਤਾਊਸ, ਦਿਲ ਰੂਬਾ, ਸਰੰਗੀ, ਸਰੰਦਾ ਹੋ ਗਿਆ, ਹੈ ਨਾ ਜੀ, ਤਾਂ ਇਹ ਸਾਰੇ ਇਸਰਾਜ, ਤਾਰ, ਸ਼ਹਿਨਾਈ, ਇਹਦੀਆਂ ਹੀ ਤਿੰਨ ਤੋਣ ਲੱਕੜ ਦੀਆਂ ਵਰਤੀਆਂ ਜਾਂਦੀਆਂ। ਤਾਂ ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ, ਸਭ ਆਪਣੇ ਇੱਧਰ, ਇਹਨਾਂ ਕੁ ਆਸਟ੍ਰੇਲੀਆ ਦੇ ਵਿੱਚ ਇਹ ਸਾਜ ਆਪਣੇ ਜਾ ਚੁੱਕੇ ਨੇ। ਪ੍ਰਾਈਮ ਦੇ ਦੇਰੇ ਤਮਾਮ ਦਰਸ਼ਕਾਂ ਦਾ ਸਵਾਗਤ ਕਰਦਾ, ਮੈਂ ਹਾਂ ਕੁਲਦੀਪ ਸੰਦੀਪਾ, ਅਤੇ ਅੱਜ ਅਸੀਂ ਪਹੁੰਚੇ ਹਾਂ ਤਰਨ ਤਾਰਨ ਦੇ ਪਿੰਡ ਬੈਂਕਾ ਵਿਖੇ, ਜਿੱਥੇ ਜਿਹੜੇ ਗੁਰੂ ਸਾਹਿਬਾਂ ਵੱਲੋਂ ਜਿਹੜੇ ਤੰਤੀ ਸਾਜ ਜਿਹੜੇ ਵਜਾਏ ਹਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਬਾਲਾ ਅਤੇ ਮਰਦਾਨਾ ਜਿਹੜੇ ਤੰਤੀ ਸਾਜ ਹੁੰਦੇ ਸਨ, ਉਸ ਦਾ ਤੰਤੀ ਸਾਜਾਂ ਨੂੰ ਇੱਥੇ ਤਿਆਰ ਕੀਤਾ ਜਾਂਦਾ ਵਾ, ਜਿਸ ਵੀਰ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਪੂਰੇ ਮਾਝੇ ਵਿੱਚ ਨਾ ਤਾਂ ਕੋਈ ਤੰਤੀ ਸਾਜ ਤਿਆਰ ਕਰਦਾ ਵਾ, ਅਤੇ ਨਾ ਹੀ ਕੋਈ ਇਹਨੂੰ ਤਿਆਰ ਕਰ ਸਕਦਾ ਵਾ। ਅੱਜ ਬੜੇ ਵੱਡੇ ਭਾਗੇ ਹਾਂ ਜਿਹੜੇ ਇਹਨਾਂ ਕੋਲ ਪਹੁੰਚੇ ਆ, ਸਾਨੂੰ ਪਤਾ ਲੱਗਾ ਸੀ ਵੀ ਇਸ ਪਿੰਡ ਵਿੱਚ ਤੰਤੀ ਸਾਜ ਤਿਆਰ ਕੀਤੇ ਜਾਂਦੇ ਨੇ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ ਜਿਹੜੇ ਤੰਤੀ ਸਾਜ ਤਿਆਰ ਕਰਦੇ ਨੇ, ਮੇਰੇ ਵੀਰ ਸਰਦਾਰ ਗੁੱਲਾ ਸਿੰਘ, ਜਿਨ੍ਹਾਂ ਨੂੰ ਅਰਸਾ 4 ਸਾਲ ਹੋ ਗਏ ਇਸ ਤੰਤੀ ਸਾਜਾਂ ਸੇਵਾ ਕਰਦੇ ਆ, ਬਣਾਉਂਦਿਆਂ ਨੂੰ। ਆਓ ਆਪਾਂ ਗੱਲਬਾਤ ਕਰਦੇ ਹਾਂ ਵੀ ਕਿੱਥੋਂ ਇਹਨਾਂ ਨੂੰ ਪ੍ਰੇਰਣਾ ਮਿਲੀ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਗੁੱਲਾ ਜੀ, ਸਵਾਗਤ ਹੈ ਪ੍ਰਾਈਮ ਦੇ ਚੈਨਲ 'ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਜੀ ਆਇਆਂ ਨੂੰ, ਸਾਰੀ ਟੀਮ ਦਾ ਜੀ। ਕੀ ਕਹਿਣਾ ਚਾਹੋਗੇ ਜੀ, ਜਿਹੜਾ ਤੁਸੀਂ ਤੰਤੀ ਸਾਜ ਤਿਆਰ ਕਰਦੇ ਪਏ ਹੋ, ਕਿਹੜਾ ਕਿਹੜਾ ਸਿਆਜ ਤਿਆਰ ਕਰਦੇ ਹੋ, ਅਤੇ ਕਿੰਨੀ ਕੁ ਮੁਸ਼ਕਲ ਸਾਹਮਣਾ ਕਰਨਾ ਪੈਂਦਾ, ਇਹ ਲੱਕੜ ਕਿੱਥੋਂ ਮਿਲਦੀ ਆ, ਇਹ ਸਾਰੀਆਂ ਗੱਲਾਂ ਅੱਜ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਿਓ, ਕਿਉਂਕਿ ਸਾਡੇ ਪ੍ਰਾਈਮ ਦੇ ਚੈਨਲ ਜਿਹੜੇ ਲੋਕ ਦੇਖ ਰਹੇ ਨੇ ਉਹ ਤੁਹਾਡੇ ਨਾਲ ਜੁੜੇ ਪਏ ਨੇ। ਤੁਣ ਲੱਕੜ ਵਰਤਦੇ ਹਾਂ ਜੀ ਆਪਾਂ ਇਹਦੇ ਵਿੱਚ, ਸਭ ਤੋਂ ਪਹਿਲਾਂ ਤਾਂ ਜਿਵੇਂ ਸਰੰਗੀ ਬਣਾਉਂਦੇ ਹਾਂ, ਰਬਾਬ ਬਣਾਉਂਦੇ ਹਾਂ, ਇਹ ਰਬਾਬ ਬਣੀ ਹੋਈ ਆ ਨਾਨਕ ਅਫਗਾਨੀ ਰਬਾਬ, ਇਹਦੇ ਨਾਲ ਆਪਾਂ ਤੁਣ ਤੁਣ ਲੱਕੜ ਦੀ ਇਹ ਬਣਤਰ ਆ, ਸਾਰਾ ਭਾਂਡਾ ਬਣਿਆ ਹੋਇਆ ਜੀ, ਸਾਰਾ ਖੋਲ ਇਹ ਤੁਣ ਲੱਕੜ ਦਾ ਵਰਤਿਆ ਗਿਆ ਜੀ। ਇਹ ਹੁਸ਼ਿਆਰਪੁਰ ਤੋਂ ਲਿਆਉਂਦੇ ਹਾਂ ਆਪਾਂ, ਬਾਹਰੋਂ ਲੱਕੜ, ਪਹਾੜੀ ਲੱਕੜੀ ਆਉਂਦੀ ਹੈ, ਮਤਲਬ ਪਹਾੜਾਂ 'ਚੋਂ ਹੀ ਆਉਂਦੀ, ਹੈ ਨਾ ਜੀ। ਤਾਂ ਜਦੋਂ ਸ਼ੁਰੂ ਤੋਂ ਲੱਕੜਾਂ ਜਿਹੜੀਆਂ ਰਬਾਬਾਂ ਬਣੀਆਂ, ਇਹ ਤੁਣ ਤੋਂ ਹੀ ਬਣੀਆਂ ਗਈਆਂ। ਇਹ ਵਿਦਵਾਨਾਂ ਨੇ ਵੀ ਦੱਸਿਆ ਹੋਇਆ ਗ੍ਰੰਥਾਂ ਦੇ ਵਿੱਚ ਵੀ, ਰਬਾਬ ਬਣੀ ਸੀ ਜਿਹੜੇ ਸਾਜ ਬਣੇ ਕੀਮਤੀ, ਸਾਰੇ ਤੁਣ ਦੇ ਬਣੇ ਹੋਏ, ਚੰਗੀ ਵਧੀਆ ਤੁਣ ਦੇ। ਤਾਂ ਇਹਦੇ ਵਿੱਚ ਆਪਾਂ ਬੱਕਰੇ ਦੀ ਆਹ ਖਲ ਲਾ ਦਿੱਤੀ ਹੋਈ ਜੀ, ਮੜੀ ਹੋਈ। ਇਹਦੇ ਵਿੱਚ ਹੁਣ ਇੱਕ ਊਠ ਦੀ ਹੱਡੀ ਲੱਗਣੀ, ਇੱਥੇ ਇੱਥੇ ਲੱਗਣੀ ਇਹਦੇ ਉੱਤੇ, ਫਿਰ ਇਹਦੇ ਨੀਲਨ ਦੀਆਂ ਤਾਰਾਂ ਲੱਗਣੀਆਂ, ਤੰਦੀਆਂ ਸਟੀਲ ਵਾਇਰ ਲੱਗਣੀ, ਇਹਨੂੰ ਤਾਰਾਂ ਲੱਗਣਗੀਆਂ, ਹੈ ਨਾ ਜੀ, ਅਤੇ ਟਾਹਲੀ ਦੀਆਂ ਕਿੱਲੀਆਂ ਲੱਗਣਗੀਆਂ ਜੀ ਇਹਨੂੰ, ਹੈ ਜੀ, ਇਹ ਰਬਾਬ ਨੂੰ। ਤਾਂ ਇੱਕ ਇਹ ਅਫਗਾਨੀ ਰਬਾਬ ਵਿਖਾਈ ਤੁਹਾਨੂੰ, ਅੱਗੇ ਨਾਨਕ ਸ਼ਾਹੀ ਰਬਾਬ ਵੀ ਵਿਖਾਉਂਦੇ ਹਾਂ, ਅਤੇ ਆਹ ਵਾ ਦਿਲ ਰੂਬਾ ਪਿਆ ਜੀ, ਹਾਂਜੀ, ਇਹ ਦਿਲ ਰੂਬਾ, ਆਹ ਵੇਖੋ ਊਠ ਦੀ ਹੱਡੀ ਲੱਗੀ ਹੋਈ ਜੀ ਇਹਦੇ 'ਤੇ ਵੀ, ਹਾਂਜੀ, ਆਹ ਬੱਕਰੇ ਦੀ ਖਾਲੀ, ਹਾਂਜੀ, ਇਹ ਊਠ ਦੀ। ਅਤੇ ਇਹਨੂੰ ਜਿਹੜਾ ਗਜ ਵਰਤਿਆ ਜਾਂਦਾ ਵਾ, ਉਹ ਘੋੜੇ ਦੀ ਪੂਛ ਦੇ ਵਾਲ ਵਰਤੇ ਜਾਂਦੇ ਆ ਜੀ, ਮੈਂ ਤੁਹਾਨੂੰ ਦਿਖਾਉਣਾ ਉਹ ਵੀ।
घोड़े की पूछ दे बाल ये जी नानक शाही रवाब जी बाबा मरदाना जी बजाते सन उन्हों की कॉपी की हुई है जी उन्हों का तु जो दौर आ तुंबा वा वह होर आकार वड्डी आ ता ये थोड़ा जहा उहदे नाल थोड़ा फर्क पाया तो कोशिश की थोड़ी कॉपी करन दी मतलब जिनी हो सके उहदी कॉपी कह सकते हैं आपां स्पैशल लकड़ वड्डे मोशे दे विच्चों कह दिए ना तो उहदे विच्चों कढ के बनता वा छोटे मोटे मोशे माड़े मोशे चों ये बन वाली नहीं आ जिन्ना इहदा वजन लकड़ दा हुंदा वा उहदे तों अद्धा हिस्सा की चौथा हिस्सा तीजा हिस्सा भी नहीं रहन देना वजने दा ये बिल्कुल जिवें आपां हुण हुण तां वजन बनदा ही आ रवाब बनदा ही आ तां ये वेखो रवाब तैयार कर ली सारी खाली होगी बन गई इस तरह ही सारी रवाब खाली हो जानी है फिर वजाउण वाले नूं वजन दे विच भी ये वधिया वजूगी तो चुकन दे विच भी कोई मुश्किल नहीं आऊगी बिल्कुल लाइट वेट हो जाएगी हाँ जी हाँ जी हाँ जी हाँ जी बिल्कुल खाली जी दिन तो जिन्हें मर्जी ला दी है जिम्मे जो टाइम जिंदा जिंदा समा काम होर भी नाल शुरू किए जे एक आप तैयार करिए दस दिन तो फिर भी लग ही जाते हैं हवा लगती जानी नालों नाल लकड़ नूं खाली करी जानी है ऐं करके थोड़ा थोड़ा काम हुंदा वा ये नहीं भी आप एक रहा इन कर नहीं सकते जे एक रहा करांगे फिर पाड़ती भी आ लकड़े हाँ जी हाँ समा देना पैना जी हाँ जी नाल फिर दूजे काम शुरू किए होंगे करी जाइए ऐं करके शुरू हाँ जी ये जी ढाड आ ये ढाडी जिथे आप वरतते हैं ढाडी वारा गुरु हरगोबिंद साहब जी की पार कृपा हुई बाबा बीर चंद साहब जी ने हुक्म ला के बाबा नाथमल ते बाबा अब्दुल जी खैर जी नूं इत्थों सुरसिंह तो खड़िया तो गुरु हरगोबिंद साहब ने अपने हजूरी ढाडी बनाया तो उदों गुरु घर दे विच ढाडियां दी परंपरा चली तो गुरु के ढाडी खवाउण लगे पहला सत्थां दे विच जाके जिवें मंगण वाले घर आउंदे ना लोकां दे अपने च हैना खुशी गमी ते उवें ढाडी उह जांदे सी मंगण फिर गुरु हरगोबिंद साहब नूं उहनां ने वारां सुनाईआं ते गुरु हरगोबिंद साहब ने कहा हुण तुसीं लोक ढाडी नहीं जे तुसीं गुरु के ढाडी जे ते गुरु की हजूरी विच ही ढाडी गाउणगे वारां ਤਾਂ ਵੱਡਾ ਮਾਣ ਸਨਮਾਨ ਅੱਜ ਵੀ ਸੰਗਤਾਂ ਕਰਦੀਆਂ ਸੋਨੇ ਦੀਆਂ ਢੱਡਾਂ ਸੋਨੇ ਦੀਆਂ ਸਰੰਗੀਆਂ ਦੇ ਨਾਲ ਮਾਣ ਸਨਮਾਨ ਕਰਦੀਆਂ ਇਹ ਢੱਡਾਂ ਜਿਹੜੀਆਂ ਆਪਾਂ ਢਾਡੀ ਜਥਿਆਂ ਵਾਸਤੇ ਇਹ ਢਾਡੀ ਜਥੇ ਇਹ ਵਜਾਉਂਦੇ ਨੇ ਢੱਡਾਂ ਇਹ ਤਾਂ ਨਾਲ ਸਰੰਗੀ ਵਰਤੀ ਜਾਂਦੀ ਹੈ ਆਹ ਸਰੰਗੀ ਵਰਤੀ ਜੀ ਹਾਂਜੀ ਹਾਂਜੀ ਇਹ ਦਰਸ਼ਕਾਂ ਨੂੰ ਕਹਾ ਦਈਏ ਵੀ ਇਹ ਸਰੰਗੀ ਆ ਜਿਹੜੀ ਜਦੋਂ ਢਾਡੀ ਜਥੇ ਵਾਰਾਂ ਬੋਲਦੇ ਗੁਰੂ ਸਾਹਿਬ ਦੀਆਂ ਵਾਰਾਂ ਬੋਲਦੇ ਕਿਉਂਕਿ ਜਦੋਂ ਵਾਰਾਂ ਬੋਲਦੇ ਆ ਅਸੀਂ ਕਈ ਵਾਰੀ ਵੇਖਿਆ ਵਾ ਵੀ ਸਾਡੇ ਰੋਂਗਟੇ ਖੜ੍ਹੇ ਹੋ ਜਾਂਦੇ ਆ ਕਿਉਂਕਿ ਢਾਡੀਆਂ ਜਦੋਂ ਅਸੀਂ ਜਦੋਂ ਵਾਰਾਂ ਸੁਣਦੇ ਹਾਂ ਸਾਡੇ ਜਿਹੜੇ ਖੂਨ ਖੋਲਣੇ ਸ਼ੁਰੂ ਹੁੰਦੇ ਆ ਕਿਉਂਕਿ ਸਾਡੇ ਸਮਾਜ ਵਿੱਚ ਸਾਡੇ ਸਿੱਖਾਂ ਨੂੰ ਬੜਾ ਕੁਛ ਝੱਲਣਾ ਪਿਆ ਵਾ ਇਹ ਕਿਸਾ ਕਿਹੜੀ ਕਿਹੜੀ ਲੱਕੜੀ ਤਿਆਰ ਕੀਤੀ ਜਾਂਦੀ ਹੈ ਕਿਹੜੇ ਕਿਹੜੇ ਨਾਲੇ ਜਿਹੜੇ ਜਾਨਵਰ ਦੇ ਜਿਹੜੇ ਨਾਲ ਤਿਆਰ ਕੀਤੇ ਵੇਖੋ ਜੀ ਚੀਜ਼ਾਂ ਤਾਂ ਸਾਰੀਆਂ ਉਹੀ ਲੱਗਦੀਆਂ ਲੱਕੜ ਵੀ ਤੁਣੇ ਨੂੰ ਲੱਗਣੀ ਸਾਜਾਂ ਨੂੰ ਇਹ ਮੇਨ ਲੱਕੜ ਤੋਣੀ ਆ ਸਾਰੇ ਸਾਜਾਂ ਦੀ ਤਕਰੀਬਨ ਸਾਰਿਆਂ ਦੇ ਸਾਜਾਂ ਦੀ ਮੇਨ ਹੀ ਤੋਣੀ ਆ ਵਾਜੇ ਨੂੰ ਛੱਡ ਕੇ ਹਰਮੋਨੀਅਮ ਨੂੰ ਉਹਦਾ ਇਹ ਆਪਣਾ ਤੰਤੀ ਸਾਜ ਤਾਊਸ ਦਿਲ ਰੂਬਾ ਸਰੰਗੀ ਸਰੰਦਾ ਹੋ ਗਿਆ ਹੈ ਨਾ ਜੀ ਤਾਂ ਇਹ ਸਾਰੇ ਇਸਰਾਜ ਤਾਰ ਸ਼ਹਿਨਾਈ ਇਹਦੀਆਂ ਹੀ ਤਿੰਨ ਤੋਣ ਲੱਕੜ ਦੀਆਂ ਵਰਤੀਆਂ ਜਾਂਦੀਆਂ ਫਿਰ ਉੱਤੇ ਚਾਮੀ ਖੱਲ ਜਿਹੜੀ ਆ ਇਹ ਬੱਕਰੇ ਦੀ ਵਰਤੀ ਜਾਂਦੀ ਹੈ ਤਾਰ ਤੰਦੀਆਂ ਜਿਹੜੀਆਂ ਉਹ ਕਈਆਂ ਚੀਜ਼ਾਂ ਨੂੰ ਜਿਹੜੀਆਂ ਪਲਾਸਟਿਕ ਦੀਆਂ ਪੈਂਦੀਆਂ ਕਈਆਂ ਨੂੰ ਸਟੀਲ ਦੀਆਂ ਪੈਂਦੀਆਂ ਜਿਵੇਂ ਦਿਲ ਰੂਬੇ ਨੂੰ ਉੱਤੇ ਜਿਹੜੀ ਤੰਦੀ ਉਹਦੇ ਤਾਰ ਪਈ ਉਹ ਸਟੀਲ ਵਾਇਰ ਆ ਫਿਰ ਤਾਂਬੇ ਦੀ ਆ ਕੋਪਰ ਦੀ ਵੀ ਹੈਗੀ ਆ ਇਹਦੇ ਵਿੱਚ ਜਿਹੜੀ ਉੱਤੇ ਮੇਨ ਤੰਦੀ ਹੁੰਦੀ ਉਹ ਬੱਕਰੇ ਦੀ ਨਾੜ ਹੁੰਦੀ ਆ ਊਠ ਦੀ ਹੱਡ ਘੋੜੇ ਦੀ ਪੂਛ ਦੇ ਵਾਲ ਇਹ ਸਾਰਾ ਕੁਛ ਮਿਲ ਜਾਂਦਾ ਜੀ ਕਲਕੱਤਿਓਂ ਮਿਲ ਜਾਂਦਾ ਜੀ ਜਲੰਧਰੋਂ ਵੀ ਮਿਲ ਜਾਂਦਾ ਵਾ ਇਹ ਹੁਣ ਕੋਈ ਮੁਸ਼ਕਲ ਨਹੀਂ ਆਉਂਦੀ ਲੈ ਆਈਦਾ ਵਾ ਆਪਣੇ ਜ਼ਿਲ੍ਹੇ 'ਚ ਕਿੰਨੇ ਪੱਤੇ ਤਿਆਰ ਕਰਦੇ ਜੀ ਆਪਣੇ ਜ਼ਿਲ੍ਹੇ 'ਚ ਕੋਈ ਨਹੀਂ ਹੈ ਜੀ ਇਸ ਵਕਤ ਤਾਂ ਨਹੀਂ ਕੋਈ ਹੈਗਾ ਗੁਰਦਾਸਪੁਰ ਏਰੀਏ 'ਚ ਵੀ ਨਹੀਂ ਮੇਰੀ ਨਿਗਾਹ 'ਚ ਮੇਰੀ ਨਿਗਾਹ ਦੇ ਵਿੱਚ ਕੋਈ ਨਹੀਂ ਜੀ ਹੈ ਹੁਣ ਨਹੀਂ ਚਲੋ ਪਹਿਲੇ ਨਹੀਂ ਅੱਗੇ ਪਹਿਲਾਂ ਉਸਤਾਦ ਬਹੁਤ ਪੁਰਾਣੇ ਕਰਦੇ ਸੀ ਸਾਡੇ ਲਾਗੇ ਵੀ ਇੱਥੇ ਹੁੰਦੀਆਂ ਸੀ ਸਾਜ ਤਿਆਰ ਏ ਹੁਣ ਇਸ ਵਕਤ ਨਹੀਂ ਕੋਈ ਮੇਰੀ ਨਿਗਾਹ ਦੇ ਵਿੱਚ ਕਰ ਰਿਹਾ ਹੁਣ ਕਰਨ ਲੱਗੇ ਜੇ ਵੱਖਰੀ ਗੱਲ ਆ ਕੋਈ ਉਹ ਆਪਾਂ ਨੂੰ ਸਰੰਗੀ ਦਾ ਜਿਹੜਾ ਉਹ 4 ਸਾਲ ਹੋ ਗਿਆ ਅਤੇ ਇਹ ਰਵਾਬਾਂ ਦੂਜੇ ਸਾਜ ਜਿਹੜੇ ਆ ਉਹ ਮਹਾਂਪੁਰਖਾਂ ਦੀ ਅਸੀਸ ਮਿਲੀ ਆ ਮਹਾਂਪੁਰਖਾਂ ਨੇ ਕਿਰਪਾ ਕੀਤੀ ਘਰ ਆਏ ਦਰਸ਼ਨ ਫੈਕਟਰੀ ਦੇ ਵਿੱਚੋਂ ਇੱਥੋਂ ਕੀਤੇ ਵੀ ਸਰਾਜ ਬਣਾਉਣੇ ਆ ਅਤੇ ਉਹਨਾਂ ਨੇ ਕਿਹਾ ਵੀ ਹੁਣ ਤੁਹਾਡਾ ਹੱਥ ਖੋਲਿਆ ਅਤੇ ਹੁਣ ਤਾਂ ਤੁਸੀਂ ਦੂਜੇ ਸਾਜ ਵੀ ਬਣਾ ਸਕਦੇ ਜਿੱਦਣ ਉਹਨਾਂ ਨੇ ਕਿਹਾ ਤੁਸੀਂ ਦੂਜੇ ਸਾਜ ਬਣਾ ਸਕਦੇ ਹੋ ਜੋ 5-10 ਦਿਨਾਂ ਬਾਅਦ ਹੀ ਸਿੰਘ ਆਏ ਅਤੇ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਸਾਨੂੰ ਤੁਸੀਂ ਰਵਾਬ ਬਣਾ ਕੇ ਦਿਓ ਜਾਂ ਉਹ ਚੀਜ਼ ਬਣਾ ਕੇ ਦਿਓ ਜਿੱਦਣ ਉਹਨਾਂ ਨੇ ਬਾਬਾ ਜੀ ਨੇ ਭਜਨ ਕਰਤਾ ਵਾ ਉਹ ਤੋਂ 10-12 ਦਿਨਾਂ ਬਾਅਦ ਇਹ ਵੀ ਕੰਮ ਸ਼ੁਰੂ ਕਰ ਕੇ ਤਿਆਰ ਰਵਾਬਾਂ ਦਾ ਵੀ ਹਾਂਜੀ ਜਿਹੜੀ ਵਜਾਉਣ ਦੀ ਹੈ ਉਸਤਾਦ ਗੁਰਵੀਰ ਸਿੰਘ ਜੀ ਗੁਰੂ ਘਰਿਆਲੇ ਵਾਲੇ ਦੱਸਦੇ ਉਸਤਾਦ ਜੀ ਸਰੰਗੀ ਵਜਾਉਣ ਦੀ ਮੈਂ ਉੱਥੋਂ ਲਈ ਆ ਅਤੇ ਜਿਹੜੀ ਬਣਾਉਣ ਦੀ ਆ ਸਰੰਗੀਆਂ ਉਹ ਮੈਂ ਡੱਲਾ ਸਾਹਿਬ ਤੋਂ ਸਿੱਖੀ ਹੈ ਜੀ ਲਓ ਜੀ ਵਾਹ Thank you.
हां दो तलवारी बद्दियां एक मीर दी एक पीर दी एक अजमत दी एक राजी हो अजमत दी एक राज दी एक राखी करे वजीर दी हो हिम्मत बाहा कोट गाड़ मार कर दो समाप्ति थे आप काट दो जी शरदी वाहिगुरु साहब दी बड़ी कृपा वा साडा भी मन बड़ा प्रसन्न होया तुहाडी आवाज सुन के तुहाडे साज सारे सुन के साज वेख के भी साडे गुरु साहब ने कृपा की है तुहाडे ते तुसीं तंती साज भी नाल तैयार करते पए हो ते नाल तुहानूं इस बारे पूरी सिखलाई भी आ ते नाल तुसीं वारां बहुत सोहणियां बोलदे पए हो ये वीर जिहड़े तुहाडे ये नाल कौन जिहड़े बड़ा सोहणा इहनां ने जिहड़े ढड वजाउंदे पए ने छोटा वीर है जी मेरा जुझार सिंह नाल तुहाडी जथे दे विच भी सेवा करदा वा ते नाल मेरे नाल बनाउण च पूरी हैल्प कर रिहा हुण हाँ जी पूरी पूरी हेल्प कर रहा मैं तो जिम्मे कीर्तन कर बारह चल जाता मगरों फिर कोई आँदा जाता वा साज लैन वास्ते मगर उन्होंने अटेंड भी करता उन्होंने है ना जी तो मगरों सारा साजा का कारोबार यही सामदा साज जे गुलाल जी फिर कितने मतलब कितने कितने जाते हैं देश है जा हाँ जी वाहगुरु की कृपा न जिथे जिथे कहे तक नहीं जा सके उत्थे साज चले गए हैं हाँ जी जिम्मे बार इतने तो इंडिया इंडिया के बहुत थेवा जिमें जिथे जिथे अपने सिख बचे जिख रहे हैं ज उस्ताद लोग बॉम्बे तक बॉम्बे यूपी दिल्ली सब इधर तो साज चले चुके जा चुके अपने सरंगियां भी ढड्डा भी तो रबाबा भी तो अमेरिका दे विच कैनेडा दे विच इंग्लैंड सब अपने इधर इन्ना क आस्ट्रेलिया दे विच ए साज अपने जा चुके ने इत्थे सिखलाई प्राप्त करदे ओ लैंदे कि जां दुकानदारां नूं दिंदे नूं नहीं जी दुकानदारां दा आर्डर नहीं अपने तो औखा वा जी दुकानदारां दे आपां प्रोफेशनल ही अपने ये सारे खड़दे ने जिन्ने भी आए अपने साज दुकानदारां दा आर्डर अपने तो सामना औखा होंदा दो सिंह अहीं तैयार करदे आ साडे कोल जिहड़े प्रोफेशनल आर्डर आ उही तीन महीने तक अहीं कम करदे रहीए ते उही महा साडे तों पूरे होणे आ अज तक जिहड़े आर्डर अज आ रहे आ उह वख तीन महीने तक साढ़े को कम है अजे तक तो जो दुकानदारा का काम पढ़िए फिर अं होर काम नहीं हट धोना बारह बजे ती अं ग्यारह ग्यारह बारह बारह सू बज जाते हैं रात को तो फिर अं बाद प्रशादा छकते फिर अठ नौ बजे तो सवेरे स्टार्ट हो जाता फिर इदा समा लगता गुरु साहब की कृपा ना इतने लगे रहीदा वा कि मेहनत ज लगता ए वेखो जी मेहनत तो इदा जी गुरु साहब की कृपा ना माया तो सोच चढ़ती कला कोई टोट नहीं गुरु साहब आन देंगे बाकी इदा वा माया उन्नी की रखी है जिनी क ले लैनी है जय जय जी तो माया ये इन्नी खर्चा नहीं आता जिनी लागत मेहनत आँदी है मेहनत ज्यादा आँदी है मतलब कि चीज़ा सस्तियाँ आदि यही गल भी एड्डी महंगी आदियाँ पर जी मेहनत बनाने की सब तो ज्यादा है जी दिहाड़ियाँ लगी जानी मान लो जो कारीगर की दिहाड़ी हज़ार रुपये की भी है तो साढ़े दिन भी जो दो जने लगे अं तो यही है भी मैं ज़्यादा तो घट है जो वो घट होगा उन्होंने नॉलेज घट होगी तो वह काम नहीं इतने कर सकता जानकारी वाला बंदा ही यदा काम कर सकता वा हाँ जी ये अद्धे अद्धे सूत्र का काम है माड़ा जी इधर उधर होंगी है तो सत बेकार होए नहीं रबाब जा सरंगी कुछ भी तो यह जे दस दिन एक चीज़ तो लग जाते आराम नाल तो जो दो दिन दो जने दस दस दिन लाने तो आपे हिसाब ला लो कि दिहाड़ी बन गई इस करके तो मेहनत ज्यादा आँदी है संपर्क अपना जिला तरन तारण पिंड बैंका संप्रदाय दल बाबा बिधिचंद साहब जी महापुरख बाबा अवतार सिंह जी सुरसिंह वाले हैडक्वाटर सुरसिंह उन्हां दे लागे अपना नगर या नगर बैंटा बैंका चार किलोमीटर ते गुरलाल सिंह बैंका आई डी मेरी फेसबुक इंस्टा यूट्यूब ते नंबर हैगा 10 99 147 33 33 बाकी चैनल ताडा बथेरा प्रचार कर रहा इन्हां ने कोई कसर नहीं छड्डी एड्रेस देण लगो 99 147 33 33 ये सन जिहड़े तंती साज तैयार करदे पए बाबा गुरलाल सिंह जी जिन्हां ने बड़ी कृपा परमेश्वर की वाहिगुरु साहब की जिन्हां ने नाल तंती साज तैयार भी करते नाल इस बारे पूरी इन्होंने सिखलाई भी है तो साडा ही प्रोग्राम तुहानूं किस्सा लगा सानूं लाइक कमेंट करके जरूर दस्यो फिलहाल तुसीं दे रहे हो प्राइम मदर चैनल मैं हां कुलदीप संदीपा तरन तारण